ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ 10ਵੀਂ ਜਮਾਤ ਦਾ ਚੌਥਾ ਹਫਤਾਵਾਰੀ ਟੈਸਟ ਵਿਸ਼ਾ ਸਮਾਜਿਕ ਸਿੱਖਿਆ ਟੈਸਟ ਹੈ ਜੋ 25 ਜਨਵਰੀ 2021 ਨੂੰ ਹੋਇਆ ਹੈ ਦੇ ਪ੍ਰਸ਼ਨ ਉੱਤਰ ਦੇਖਾਂਗੇ ਇਸ ਪੇਪਰ ਦਾ ਸਮਾਂ 40 ਮਿੰਟ ਹੈ ਤੇ ਭਾਗੂੜਾ ਕਰਦੇ ਹਾਂ ਕੁੱਲ ਅੰਕ 20 ਨੇ ਠੀਕ ਹੈ ਭਾਗੂੜਾ ਦੇ ਵਿੱਚ ਸਾਨੂੰ 4 ਪ੍ਰਸ਼ਨ ਦਿੱਤੇ ਹੋਣਗੇ ਇੱਕ ਇੱਕ ਨੰਬਰ ਦੇ ਬਾਬਿਕਲਪੀ ਪ੍ਰਸ਼ਨੰਮ ਨੇ ਠੀਕ ਹੈ ਤੇ ਹੁਣ ਆਪਾਂ ਇਹ ਜਿਹੜੇ ਪ੍ਰਸ਼ਨ ਉੱਤਰ ਦੇਖਦੇ ਆਂ ਸਭ ਤੋਂ ਪਹਿਲਾਂ ਸਾਡੇ ਕੋਲ ਪ੍ਰਸ਼ਨ ਨੰਬਰ 1 ਹੈਗੇ ਆਂ ਅਣਵੰਡੇ ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਸਨ ਠੀਕ ਹੈ ਤੇ ਸਾਨੂੰ ਪੁੱਛਿਆ ਗਿਆ ਕਿ ਜਿਹੜਾ ਅਣਵੰਡਿਆ ਪੰਜਾਬ ਸੀ ਉਸ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਸੀ ਆਪਸ਼ਨ 1 ਹੈਗਾ 29 ऑप्शन दो है तेरह ऑप्शन नंबर तीन है बई ऑप्शन नंबर चार है अठाई ठीक है इस तो बाद नंबर दो किस वायसराय ने दिल्ली में उन्नीस सौ ग्यारह ईस्वी भारत की राजधानी बनाया ऑप्शन नंबर एक लार्ड डलहौजी ऑप्शन नंबर दो ਲਾਰਡ ਹਾਰਡਿੰਗ ਆਪਸ਼ਨ ਨੰਬਰ 3 ਲਾਰਡ ਕਰਜਨ ਆਪਸ਼ਨ ਨੰਬਰ 4 ਲਾਰਡ ਕਲਾਈਵ ਕੁਐਸਚਨ ਨੰਬਰ 3 ਹੈਗੇ ਸਾਰੇ ਪੱਛਮੀ ਹਮਲਾਵਰ ਕਿਸ ਦਰੇ ਰਾਹੀਂ ਪੰਜਾਬ ਪੁੱਜੇ ਠੀਕ ਹੈ ਅਸੀਂ ਉਸ ਦਰੇ ਦਾ ਨਾਮ ਲਿਖਣਾ ਹੈ ਜਿਸ ਰਾਹੀਂ ਸਾਰੇ ਪੱਛਮੀ ਹਮਲਾਵਰ ਪੰਜਾਬ ਪੁੱਜੇ ਆਪਸ਼ਨ ਨੰਬਰ 1 ਹੈਗੇ ਬਾਲੋਨ ਆਪਸ਼ਨ ਨੰਬਰ 2 ਹੈਗੇ ਕੁਰਮ ਆਪਸ਼ਨ ਨੰਬਰ 3 ਹੈਗੇ ਖੈਬਰ ਆਪਸ਼ਨ ਨੰਬਰ 4 ਹੈਗਾ ਟੋਚੀ ਬੁਲਾਨ ਕੁਰਮ ਖੈਬਰ ਅਤੇ ਟੋਚੀ ਪ੍ਰਸ਼ਨ ਨੰਬਰ 4 ਕਿਹੜਾ ਦਰਿਆ ਅੱਜਕੱਲ ਸੁੱਕ ਚੁੱਕਾ ਹੈ ਇਹਨਾਂ ਵਿੱਚੋਂ ਕਿਹੜਾ ਦਰਿਆ ਜਿਹੜਾ ਅੱਜਕੱਲ ਸੁੱਕ ਚੁੱਕਿਆ ਹੈ ਗੰਗਾ ਸਰਸਵਤੀ ਬਿਆਸ ਜਰਾਵੀ ਇਹਨਾਂ ਵਿੱਚੋਂ ਕਿਹੜਾ ਦਰਿਆ ਜਿਹੜਾ ਅੱਜਕੱਲ ਸੁੱਕ ਚੁੱਕਾ ਹੈ ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਭਾਗ ੜਾ ਵੱਲ ਪਾਗੜਾ ਦੇ ਵਿੱਚ ਸਾਨੂੰ ਤਿੰਨ ਪ੍ਰਸ਼ਨ ਹੋਣਗੇ ਇੱਕ ਨੰਬਰ ਦੇ ਤੇ ਇੱਕ ਅੰਕ ਵਾਲੇ ਪ੍ਰਸ਼ਨ ਨੇ ਇਹ ਪ੍ਰਸ਼ਨ ਨੰਬਰ 5 ਇਬਰਾਹਿਮ ਲੋਧੀ ਦਾ ਕੋਈ ਇੱਕ ਗੁਣ ਦੱਸੋ ਠੀਕ ਹੈ ਪ੍ਰਸ਼ਨ ਨੰਬਰ 5 ਦੇ ਵਿੱਚ ਸਾਨੂੰ ਪੁੱਛਿਆ ਗਿਆ ਇਬਰਾਹਿਮ ਲੋਧੀ ਦਾ ਕੋਈ ਇੱਕ ਗੁਣ ਪ੍ਰਸ਼ਨ ਨੰਬਰ 6 ਬਾਬਰ ਨੇ ਪਾਣੀਪੱਤ ਦੀ ਲੜਾਈ ਵਿੱਚ ਕਿਸ ਨੂੰ ਹਰਾਇਆ ਬਾਬਰ ਨੇ ਪਾਣੀਪੱਤ ਦੀ ਲੜਾਈ ਵਿੱਚ ਕਿਸ ਨੂੰ ਹਰਾਇਆ ਸਹੀ ਗਲਤ ਚੁਣੋ ਪ੍ਰਸ਼ਨ ਨੰਬਰ 7 ਹਿੰਦੂਆਂ ਤੋਂ ਜਜ਼ੀਆ ਕਰ ਨਹੀਂ ਲਿਆ ਜਾਂਦਾ ਸੀ ਇਹ ਤੁਸੀਂ ਦੱਸਣਾ ਹੈ ਵੀ ਜੇਕਰ ਇਹ ਸਹੀ ਹੈ ਤਾਂ ਸਹੀ ਦਾ ਨਿਸ਼ਾਨ ਲਗਾਉਣਾ ਹੈ ਜੇਕਰ ਗਲਤ ਹੈ ਤਾਂ ਗਲਤ ਦਾ ਨਿਸ਼ਾਨ ਲਗਾਉਣਾ ਹੈ ਕਿ ਹਿੰਦੂਆਂ ਤੋਂ ਜਜ਼ੀਆ ਕਰ ਲਿਆ ਜਾਂਦਾ ਸੀ ਜਾਂ ਨਹੀਂ ਤੇ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਸਾਡੇ ਕੋਲ ਪ੍ਰਸ਼ਨ ਹੋਣਗੇ ਦੋ ਪ੍ਰਸ਼ਨ ਹੋਣਗੇ ਤਿੰਨ ਤਿੰਨ ਨੰਬਰ ਦੇ ਛੇ ਨੰਬਰਾਂ ਦੇ ਬਣਨਗੇ ਠੀਕ ਹੈ ਤੇ ਹੁਣ ਪ੍ਰਸ਼ਨ ਨੰਬਰ 8 ਹੈ ਗਿਆ ਭਾਗ ਈ ਦੇ ਵਿੱਚ ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨ ਇਬਰਾਹਿਮ ਲੋਦੀ ਦੇ ਦੋ ਔਗਣ ਦੱਸੋ ਠੀਕ ਹੈ ਪਹਿਲਾਂ ਸਾਨੂੰ ਪੁੱਛਿਆ ਗਿਆ ਇਬਰਾਹਿਮ ਲੋਦੀ ਦਾ ਕੋਈ ਇੱਕ ਔਗਣ ਤੇ ਹੁਣ ਇਬਰਾਹਿਮ ਇਬਰਾਹਿਮ ਲੋਦੀ ਦੇ ਦੋ ਔਗਣ ਦੱਸੋ ਪ੍ਰਸ਼ਨ ਨੰਬਰ 9 ਬਹਿਲੋਲ ਲੋਦੀ ਦੀ ਮੌਤ ਤੋਂ ਬਾਅਦ ਦਿੱਲੀ ਦਾ ਸੁਲਤਾਨ ਕੌਣ ਬਣਿਆ ਜਿਹੜਾ ਬਹਿਲੋਲ ਲੋਦੀ ਸੀ ਉਸ ਦੀ ਮੌਤ ਤੋਂ ਬਾਅਦ ਦਿੱਲੀ ਦਾ ਸੁਲਤਾਨ ਕੌਣ ਬਣਿਆ ਸੀ ਤੇ ਇਸ ਤੋਂ ਬਾਅਦ ਸਾਡੇ ਕੋਲ ਪ੍ਰਸ਼ਨ ਨੰਬਰ ਹੈਗਾ ਸ ਤੋ ਆਹ ਨੰਬਰ ਸਸਾ ਠੀਕ ਹੈ ਤੇ ਇਹਦੇ ਵਿੱਚ ਸਾਨੂੰ 21% ਹੋਊਗਾ ਉਹ ਵੀ 4 ਨੰਬਰ ਦਾ ਕਰਨਾ ਹੋਊਗਾ ਪ੍ਰਸ਼ਨ ਨੰਬਰ 10 ਸਿਕੰਦਰ ਲੋਧੀ ਦੀ ਮੌਤ ਤੋਂ ਬਾਅਦ ਦਿੱਲੀ ਦਾ ਸੁਲਤਾਨ ਕੌਣ ਬਣਿਆ ਇੱਥੇ ਅਲੱਗ-ਅਲੱਗ ਪ੍ਰਸ਼ਨ ਨੇ ਠੀਕ ਹੈ ਇੱਥੇ ਹੈਗਾ ਬਹਿਲੋਲ ਲੋਧੀ ਤੋਂ ਬਾਅਦ ਦਿੱਲੀ ਦਾ ਸੁਲਤਾਨ ਕੌਣ ਬਣਿਆ ਇੱਥੇ ਹੈਗਾ ਸਿਕੰਦਰ ਲੋਧੀ ਤੋਂ ਬਾਅਦ ਦਿੱਲੀ ਦਾ ਸੁਲਤਾਨ ਕੌਣ ਬਣਿਆ ਠੀਕ ਇਹਨਾਂ ਦੇ ਵਿੱਚ ਫਰਕ ਹੈ ਤੇ ਜੇ ਤਾਂ ਅਸੀਂ ਇਹ ਪ੍ਰਸ਼ਨ ਕਰ ਸਕਦੇ ਹਾਂ ਸਿਕੰਦਰ ਲੋਦੀ ਤੋਂ ਬਾਅਦ ਦਿੱਲੀ ਦਾ ਸੁਲਤਾਨ ਕੌਣ ਮੈਂ ਜਾਂ ਸਾਡੇ ਕੋਲ ਜਾਣ ਦਿੱਤੀ ਹੋਈ ਹੈ ਠੀਕ ਹੈ ਇਸ ਤੋਂ ਬਾਅਦ ਅਸੀਂ ਕਰ ਸਕਦੇ ਹਾਂ ਬਾਬਰ ਨੇ ਪੰਜਾਬ ਤੇ ਪਹਿਲਾ ਹਮਲਾ ਕਦੋਂ ਕੀਤਾ ਜਿਹੜਾ ਬਾਬਰ ਸੀ ਜਿਸ ਨੇ ਮੁਗਲ ਰਾਜ ਦੀ ਸਥਾਪਨਾ ਪਰ ਦੇ ਵਿੱਚ ਕੀਤੀ ਸੀ ਉਸ ਨੇ ਪੰਜਾਬ ਤੇ ਪਹਿਲਾ ਹਮਲਾ ਕਦੋਂ ਕੀਤਾ ਸੀ ਠੀਕ ਹੈ ਨਾ ਇਹ ਤੁਸੀਂ ਉੱਤਰ ਦੇਣੇ ਨੇ ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਸਾਡੇ ਕੋਲ ਅੱਗੇ ਹੈਗੀਆਂ ਨੇ ਖਾਲੀ ਥਾਵਾਂ ਖਾਲੀ ਥਾਵਾਂ ਭਰੋ ਬਹਿਲੌਲ ਖਾਨ ਲੋਧੀ ਨੇ ਡੈਸ਼ ਨੂੰ ਪੰਜਾਬ ਦਾ ਨਾਜਮ ਬਣਾਇਆ ਨੰਬਰ 2 ਲੋਧੀਆਂ ਡੈਸ਼ ਲੋਧੀਆਂ ਦਾ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਹੈ ਨੰਬਰ 3 ਲੋਧੀ ਰਾਜ ਵਿੱਚ ਪੰਜਾਬ ਡੈਸ਼ ਅਤੇ ਡੈਸ਼ ਸੂਬਿਆਂ ਵਿੱਚ ਵੰਡਿਆ ਹੋਇਆ ਸੀ ਇਹ ਤਿੰਨਾਂ ਖਾਲੀ ਥਾਵਾਂ ਦੇ ਭਰਨੇ ਨੇ ਤਿੰਨੇ ਇੱਕ ਇੱਕ ਨੰਬਰ ਦੀਆਂ ਨੇ ਠੀਕ ਹੈ ਤਿੰਨਾਂ ਨੰਬਰ ਇਹਨਾਂ ਦੀ ਬਣਦੇ ਨੇ ਧੰਨਵਾਦ